ਅਸੀਂ ਲੱਗਣਾ ਤਾਂ ਕਾਲ ਤੁਹਾਡੀ ਵੀਰ ਜੀ, ਚਾਹ ਜੋ 5 685 ਨੰਬਰ ਭੇਜ ਦਿਓ ਤੇ 86 85 86 85 ਤਾਂ ਅਸੀਂ ਕੱਲ ਛੱਡਿਆ ਸੀ, 86 ਤੇ ਆ ਜਾਓ। ਸੋਸਤਾ ਸੋਸਤਾ ਤਾਂ ਗੱਡੀ ਪਾਰਕਿੰਗ ਵਗੈਰਾ ਲਾਣੀ ਠੀਕ ਹੈ, ਯਾਨੀ ਕਿ ਇੱਕ ਸਸਪੈਂਡ ਕਰਨਾ ਗੱਡੀ ਦਾ ਵਾਰ ਜਾਏ ਇੱਕ ਲੰਬੇ ਟਾਈਮ ਦੇ ਲਈ ਕਹਿ ਸਕਦੇ ਹੋ ਤੁਸੀਂ, ਜਾਂ ਫਿਰ ਜੀ ਪਾਰਕਿੰਗ ਪੇਜ ਨੰਬਰ ਹੈਗਾ 686 686, ਚੈਪਟਰ ਨੰਬਰ ਹੈਗਾ 16। ਸੁਸਤਾ ਕਹਿੰਦੇ ਨੇ ਵੀ ਸੁਸਤਾ ਈ ਲਾ, ਸੁਸਤਾ ਜਿਹੜਾ ਹੁੰਦਾ ਨਾ ਸੁਸਤਾ ਪਾਰਕਿੰਗ ਤੇ ਗੱਡੀ ਲੈਣਾ ਠੀਕ ਹੈ, ਸਸਪੈਂਡ ਕਰਨਾ ਲੰਬੇ ਟਾਈਮ ਲਈ ਗੱਡੀ ਦਾ ਮਾਰ ਕੇ, ਯਾਨੀ ਕਿ ਮੈਂ ਗੱਡੀ ਨੂੰ ਛੱਡ ਕੇ ਆ ਕੇ ਥੱਲੇ ਪਾਰਕਿੰਗ ਦੇ ਵਿੱਚ ਉਹ ਮੈਂ ਸੁਸਤੇ ਵਿੱਚ ਗੱਡੀ ਲਗਾਈ ਹੋਈ ਹੈ ਠੀਕ ਹੈ। ਪਹਿਲੀ ਕਲਾਸ ਵਾਲਿਆਂ ਨੂੰ ਛੁੱਟੀ ਹੈ ਜਿਹੜੇ ਨਾਰਮਲ ਛੁੱਟੀ ਕਰ ਸਕਦੇ ਨੇ, ਤੇ ਦੂਜੀ ਕਲਾਸ ਵਾਲੇ ਆ ਜਾਓ, ਚੈਪਟਰ ਨੰਬਰ 16 ਪੇਜ ਨੰਬਰ 686 ਕਹਿੰਦੇ ਸੁਸਤਾ ਹੀ ਲਾ ਸਸਪੈਂਸ਼ਨ ਵਾਲਾ ਮਾਰਚੀ ਆ, ਸੁਸਤਾ ਸਸਪੈਂਡ ਕਰਨਾ ਮਾਰਚੀ ਗੱਡੀ ਦਾ, ਤੇ ਬਿਲਕੁਲ ਗੱਡੀ ਦਾ ਪ੍ਰੋ ਤਰਾ ਤੋਂ ਨਲਾ ਟੈਂਪੋ ਲੰਬੇ ਟਾਈਮ ਲਈ ਕੋਨ ਪੋਸੀਬਿਲਿਟੀ ਜਿਹਦੀ ਪੋਸੀਬਿਲਿਟੀ ਹੈ ਦਲ ਕੰਦੂਚਨ ਤੇ ਦੀ ਆਲੋਂ ਤੋਂ ਨਾਰ ਸੀ, ਜਿਹਦੀ ਪੋਸੀਬਿਲਿਟੀ ਹੈ ਕਿ ਡਰਾਈਵਰ ਜਿਹੜਾ ਗੱਡੀ ਨੂੰ ਛੱਡ ਜਾਵੇ ਦਰੁਸਤ, ਕਹਿੰਦੇ ਵੀ ਵੇਰਾ ਸੋਚਦਾ ਇਸ ਚੀਜ਼ ਨੂੰ, ਕਹਿੰਦੇ ਗੱਡੀ ਨੂੰ ਤੁਸੀਂ ਛੱਡ ਕੇ ਆ ਸਕਦੇ ਹੋ, ਮੈਂ ਗੱਡੀ ਨੂੰ ਥੱਲੇ ਛੱਡ ਕੇ ਆ ਗਿਆ ਕੱਲਿਆਂ ਤੇ ਹੁਣ ਗੱਡੀ ਮੇਰੀ ਸੋਚਦੇ ਵਿੱਚ ਹੈ ਠੀਕ ਹੈ, ਜੇ ਮੈਂ ਗੱਡੀ ਦੇ ਵਿੱਚ ਬੈਠਾ ਹੁੰਦਾ ਤਾਂ ਫਿਰ ਮੈਂ ਤੋੜ ਲੈਂਦਾ ਜੀ, ਸਸਪੈਂਡ ਕਰਨਾ ਗੱਡੀ ਦਾ ਚੱਲਣਾ ਦੌਰਾਨ ਤੇਲਾ ਸੋਚਦਾ ਛੱਡਣਾ ਛੱਡ ਜਾਣਾ। ਹਾਂਜੀ ਹਾਂਜੀ ਸੋਚਦਾ ਪਾਰਕਿੰਗ ਤੇ ਜਿਵੇਂ ਗੱਡੀ ਲਾਈ ਦੀ ਹੈ। ਸ਼ਾਬਾਸ਼ ਕਹਿੰਦੇ ਦੂਸਰਾ ਕੁਐਸਚਨ ਹੈ, ਕਹਿੰਦੇ ਦੌਰਾਨ ਤੇਲਾ ਸੋਚਦਾ ਗੱਡੀ ਪਾਰਕਿੰਗ ਲਾਉਣ ਦੇ ਦੌਰਾਨ ਇਹ ਕੰਦੂਚਿਆਂ ਦੇ ਡਰਾਈਵਰ ਜਿਹੜਾ ਪੋ ਆਲਮ ਥਨਾ ਸੀ, ਪੋ ਕਹਿੰਦਾ ਕਹਿੰਦਾ ਹੋ ਸਕਦਾ ਕਰ ਸਕਦੇ ਚਾਹੁੰਦੇ ਹੋ ਤੇ, ਜੇ ਤੁਸੀਂ ਚਾਹੋ ਤੇ ਆਲਮ ਥਨਾ ਸੀ ਦਿਲਵੀ ਕੋਲ, ਜੇ ਯਾਨੀ ਕਿ ਕਰ ਸਕਦੇ ਹੋ ਛੱਡ ਸਕਦੇ ਹੋ ਗੱਡੀ ਨੂੰ ਜੇ ਤੁਸੀਂ ਚਾਹੋ ਤਾਂ ਠੀਕ ਹੈ, ਦਿਲਵੀ ਕੋਲ ਗੱਡੀ ਨੂੰ ਦਰੁਸਤ ਕਹਿੰਦੇ ਪੇ ਫੇਰ ਹੋਇਆ ਸੁਸਤੇ ਦਾ ਮਕਸਦ ਹੀ ਹੁੰਦਾ ਗੱਡੀ ਛੱਡ ਕੇ ਤਾਂ ਆ ਜਾਓ, ਦੌਰਾਨ ਤੇਰਾ ਸੁਸਤਾ ਲਿਖਣ ਦੂਜੇ ਤੇ ਡਰਾਈਵਰ ਸੁਸਤਾ ਕਰਨ ਦੌਰਾਨ ਡਰਾਈਵਰ ਜਿਹੜਾ ਹੈ ਦੇਵੇ ਅਦਤਾਰੇ ਦੀ ਅਪਰਤੂਨੋ ਕੌਤੇਲੇ ਉਹ ਮੁਨਾਸਿਬ ਇਤਿਆਤ ਕਰ ਵਰਤੇ ਆਤੀ ਐਦ ਅਵਿਤਾਰ ਇੰਚੀ ਦੰਦੇ, ਔਰ ਇਦਾਂ ਦੀ ਕਾਰਵਾਈ ਕਰੇ ਕਿ ਬਚ ਸਕੇ ਐਕਸੀਡੈਂਟ ਤੋਂ। ਦੁਰਸਤ ਕਹਿੰਦੇ ਪੇ ਫੇਰ ਹੋਇਆ ਅਦਤਾਰੇ ਹੁੰਦਾ ਅਪਣਾਉਣਾ ਅਪਰਤੂਨ ਮੁਨਾਸਿਬ ਕੌਤੇਲੇ ਇਤਿਆਤ। ਚਾਰ ਨੰਬਰ ਕੁਐਸਚਨ ਹੈ, ਦੌਰਾਨ ਚਲਾ ਸੁਸਤਾ ਸੁਸਤਾ ਕਰਨ ਦੇ ਦੌਰਾਨ ਪਾਰਕਿੰਗ ਲਾਉਣ ਦੌਰਾਨ ਗੱਡੀ ਕੰਦੂਚਿਆਂ ਤੇ ਦੇਵੇ ਇੰਪੇਦੀਰੇ ਲਾ ਉਜ਼ੋ ਦਲ ਸੈਂਸ ਆਲਸ ਹੋਏ ਕੰਸੈਂਸ, ਬਿਨਾ ਆਪਣੀ ਸੈਂਸ ਤੋਂ ਬਿਨਾ ਆਪਣੇ ਜਾਣੇ ਤੂੰ ਸਮਝੇ ਤੂੰ ਗੱਡੀ ਆਪਣੀ ਯੂਜ਼ ਹੋਣ ਤੋਂ ਬਚਾਏ। ਮਿਸਾਲ ਤੌਰ ਤੇ ਕਿਵੇਂ ਹੁੰਦਾ ਜਿਵੇਂ ਕਿ ਮੈਂ ਗੱਡੀ ਸੁਸਤੇ ਛੱਡ ਆਇਆ ਤਾਂ ਮੇਰੀ ਗੱਡੀ ਰੋੜ ਲੱਗ ਪਵੇ, ਵੀ ਢਲਾਣ ਵਗੈਰਾ ਤੋਂ ਰੋੜ ਲੱਗ ਪੈਂਦੀ ਹੈ ਨਾ, ਕਈ ਵਾਰੀ ਹਵਾ ਨਾਲ ਵੀ ਗੱਡੀ ਰੋੜ ਪੈਂਦੀ ਹੈ, ਤੇ ਜੇ ਮੈਂ ਯਾਨੀ ਕਿ ਮੇਰੇ ਜਾਣੇ ਤੋਂ ਬਗੈਰ ਜੀ ਗੱਡੀ ਕਿਵੇਂ ਰੋੜੇਗੀ, ਜੇ ਮੈਂ ਹੈਂਡ ਬ੍ਰੇਕ ਨਾ ਖਿੱਚਾਂਗਾ, ਜੇ ਮੈਂ ਪਹਿਲੇ ਗੇਅਰ 'ਚ ਨਾ ਗੱਡੀ ਲਾਵਾਂਗਾ, ਰਿਵਰਸ ਗੇਅਰ ਦੀ ਗੱਡੀ ਨਾ ਲਾਵਾਂਗਾ, ਜੇ ਤੁਸੀਂ ਗੱਡੀ ਦੀ ਜਿਹੜੀ ਹੁੰਦੀ ਹੈ ਨਾ ਹਰਕਤ ਨਾ ਕਰਨਾ ਯਕੀਨਨ ਬਣਾਉਣਾ ਹੁੰਦਾ ਹੈ, ਜਦ ਤੁਸੀਂ ਗੱਡੀ ਛੱਡ ਕੇ ਆਉਂਦੇ ਪਾਰਕਿੰਗ ਵਿੱਚ, ਪਾਰਕਿੰਗ ਤੋਂ ਮੁਰਾਦ ਯਾਨੀ ਕਿ ਤੁਸੀਂ ਉਹ ਹੈਂਡ ਬ੍ਰੇਕ ਖਿੱਚਣੀ ਹੈ ਔਰ ਗੱਡੀ ਨੂੰ ਪਹਿਲੇ ਜਾਂ ਰਿਵਰਸ ਗੇਅਰ ਵੀ ਲਗਾਉਣਾ ਹੁੰਦਾ ਹੈ। ਅੱਗੇ ਕਹਿੰਦੇ ਨੇ ਵੀ ਦੌਰਾਨ ਤੇਲਾ ਸੁਸਤਾ ਸੁਸਤਾ ਕਰਨ ਦੌਰਾਨ ਲੈ ਲਾ ਹੋ ਰਹੇ ਤੂਰ ਨੇ ਰਾਤ ਦੇ ਟਾਈਮ ਤੇ ਕੰਦੂ ਚਾਹਤੇ ਦੇਵੇ ਲਾ ਸ਼ਾਰ ਇਨ ਊਨੀ ਕਾਜ਼ੋ, ਹਰ ਕੇਸ ਵੀ ਛੱਡਿਆ ਅਚੇ ਦੀ ਲੂਚੇ ਪੁਜ਼ੀਸ਼ਨ ਨੇ, ਕਹਿੰਦੇ ਹਰ ਕੇਸ ਵੀ ਲੂਚੇ ਪੁਜ਼ੀਸ਼ਨ ਨੇ ਛੱਡਿਆ ਹੋਣ, ਹਰ ਕੇਸ ਵੀ ਛੱਡਣੀਆਂ ਹੁੰਦੀਆਂ ਨੇ ਨਹੀਂ ਫਾਲਤੋ, ਜੇ ਹੁਣ ਤੁਸੀਂ ਪਾਰਕਿੰਗ ਵਿੱਚ ਗੱਡੀ ਲਾਉਂਦੇ ਹੋ ਗਰਾਜ ਵੀ ਲਾਉਂਦੇ ਤਾਂ ਹਰ ਸੇਵੇ ਜ਼ਰੂਰੀ ਛੱਡਣੀ ਹੁੰਦੀਆਂ ਨੇ, ਇਨ ਕੇਸ ਜੇ ਗੱਡੀ ਰੋਡ ਤੇ ਛੱਡ ਦਿਓ ਤਾਂ ਫਿਰ ਲੂਚੇ ਤੋਂ ਸੁਸਤਾ ਵਗੈਰਾ ਆਮ ਛੱਡ ਸਕਦੇ ਹੋ, ਜੇ ਕਰਜ਼ਾ ਤੇ ਉੱਤੇ ਗੱਡੀ ਛੱਡਣੀ ਜੀ ਇੰਪੇਦੀਰ ਰੋਕਣਾ ਦੌਰਾਨ ਤੇਲਾ ਸੁਸਤਾ ਸੁਸਤਾ ਕਰਨ ਦੌਰਾਨ ਕੰਦੂ ਚਾਹੁੰਦੇ ਨੋਨ ਪੋ ਪਾਲਨ ਤੋਂ ਨਾਲ ਸੀ, ਕਹਿੰਦੇ ਡਰਾ ਸੁਸਤਾ ਕਰਨ ਦੌਰਾਨ ਡਰਾਈਵਰ ਨਹੀਂ ਛੱਡ ਸਕਦਾ ਦਿਲ ਵਿਕੋਲੀ ਪਰ ਪਿਉ ਦੀ ਤਰੇ ਔਰ 3 ਘੰਟੇ ਤੋਂ ਬਾਅਦ, ਕਹਿੰਦੇ 3 ਘੰਟੇ ਤੋਂ ਬਾਅਦ ਡਰਾਈਵਰ ਗੱਡੀ ਨੂੰ ਛੱਡ ਨਹੀਂ ਸਕਦਾ, ਇੱਦਾਂ ਹੀ ਗੱਲ ਹੈ ਉਹ ਸੁਸਤਾ ਜੀ ਐਮਰਜੈਂਸਾ ਹੁੰਦਾ ਹੈ ਜਿਹਦੇ ਵਿੱਚ ਜਿਹਦਾ ਦੌਰਾ ਤਾਂ 3 ਘੰਟੇ ਹੁੰਦਾ ਹੈ, ਤੇ ਇਹ ਸੁਸਤਾ ਆਮ ਨਾਰਮਲ ਦੀ ਗੱਲ ਕਰ ਲੱਗੇ ਹਾਂ, ਇਹ ਤਾਂ ਅਸੀਂ ਮਹੀਨਾ ਮਹੀਨਾ ਗੱਡੀ ਨਹੀਂ ਲਾਉਂਦੇ ਕਈ ਵਾਰੀ ਨਾ ਲੋੜ ਪਵੇ ਤਾਂ ਠੀਕ ਹੈ, ਇਸ ਕਰਕੇ ਚਾਰ ਨੰਬਰ ਕੁਐਸਚਨ ਕਹਿੰਦੇ ਦੌਰਾਨ ਤੇ ਸੁਸਤਾ ਸੁਸਤਾ ਕਰਨ ਦੌਰਾਨ ਇੱਕ ਦੂਜਿਆਂ ਤੇ ਦੇਵੇ ਇੰਪੇਦੀ ਦੇ ਡਰਾਈਵਰ ਨੂੰ ਲਾਜ਼ਮੀ ਰੋਕੇ ਲਾ ਉਸ ਇਸਤੇਮਾਲ ਹੋਣ ਤੋਂ ਦਲ ਵਿਕੋਲੀ ਗੱਡੀ ਦੇ ਸੈਂਸ ਆਲਸ ਹੋਏ ਕੰਸੈਂਸ, ਬਿਨਾਂ ਆਪਣੀ ਸੈਂਸ ਤੋਂ ਬਿਨਾਂ ਆਪਣੇ ਜਾਣੇ ਗੱਡੀ ਨੂੰ ਯੂਜ਼ ਹੋਣ ਤੋਂ ਬਜਾਏ, ਤੂੰ ਮੁਰਾਦ ਯਾਨੀ ਕਿ ਗੱਡੀ ਆਪਣੀ ਸਿਕਿਉਰਿਟੀ ਦੇ ਵਿੱਚ ਪਾ ਕੇ ਆਓ, ਗੱਡੀ ਨੂੰ ਆਪਣੀ ਨੂੰ ਹੈਂਡ ਬ੍ਰੇਕ ਔਰ ਗੇਅਰ ਵਿੱਚ ਲਗਾ ਕੇ ਆਓ ਠੀਕ ਹੈ, ਯਾਨੀ ਕਿ ਇਹ ਨਹੀਂ ਹੈ ਕਿ ਗੱਡੀ ਤੁਸੀਂ ਪਾਰਕਿੰਗ ਲਾਓ ਤਾਂ ਪਿੱਛੇ ਗੱਡੀ ਤੁਹਾਡੀ ਰੁੜ ਜਾਏ, ਸੋਚਦਾ ਜੀ ਐਮਰਜੈਂਸੀ ਐਮਰਜੈਂਸੀ ਵਾਲਾ ਸੋਚਦਾ ਜਿਵੇਂ ਅਸੀਂ ਹੁਣੇ ਗੱਲ ਕਰ ਰਹੇ ਸਾਂ, ਕਿੰਨੇ ਟਾਈਮ ਦਾ ਹੁੰਦਾ ਹੈ
ਮੈਕਸੀਮਮ 3 ਘੰਟੇ। ਸ਼ਾਬਾਸ਼ ਸ਼ਾਬਾਸ਼ ਸ਼ਾਬਾਸ਼। ਅਸਰਾ ਦੇ ਸਾਹਿਬ ਦੇ ਚਿਬਾ ਲਿੱਤਾ, ਜੇ ਸੁਸਤਾ ਦੀ ਐਮਰਜੈਂਸਾ ਪੇਸ਼ ਆਵੇ ਨਾ, ਜੇ ਡਰਾਈਵਰ ਬਿਮਾਰ, ਪੈਸੰਜਰ ਬਿਮਾਰ ਜਾਂ ਗੱਡੀ ਖਰਾਬ ਹੋ ਜਾਏ, ਗੱਡੀ ਬਿਮਾਰ ਹੈ, ਡਰਾਈਵਰ ਬਿਮਾਰ ਹੈ, ਪੈਸੰਜਰ ਬਿਮਾਰ ਹੈ, ਕੋਈ ਵੀ ਨਤੀਜੇ ਚ ਬਿਮਾਰ ਹੈ, ਸੁਸਤਾ ਦੀ ਐਮਰਜੈਂਸਾ ਤੁਸੀਂ ਕਰ ਸਕਦੇ ਹੋ, ਲੇਕਿਨ ਮੈਕਸੀਮਮ ਦੁਰਾਤਾ ਹੁੰਦਾ 3 ਘੰਟੇ। ਔਰ ਕਿਤੇ ਵੀ ਕਰ ਸਕਦੇ ਹੋ, ਕਿਤੇ ਵੀ ਕਰ ਸਕਦੇ ਹੋ 3 ਘੰਟੇ ਮੈਕਸੀਮਮ। ਜਿਹੜਾ ਆਮ ਨੋਰਮਲ ਹੁੰਦਾ ਸੁਸਤਾ, ਪਿਆਜ਼ ਵਾਲਾ ਸੁਸਤਾ ਜੀ 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 ਅਸਰਾ ਦੀ ਗੱਲ ਕਰ ਰਿਹਾ ਮੈਂ। ਤੁਸੀਂ ਅਸਰਾ ਦੇ ਤੂੰ ਬਾਹਰ ਹੋ ਤਾਂ ਤੁਸੀਂ ਭਾਵੇਂ 24 ਘੰਟੇ ਕਰ ਲਓ, ਉਹਦੇ ਕੋਈ ਮਸਲਾ ਕਹਿੰਦਾ ਜੀ। ਕੋਠੀ ਜਿਹੜੀ ਸੱਜੀ ਸਾਈਡ 'ਤੇ ਕੰਟੀਨਿਊ ਲਾਈਨ ਲੱਗੀ ਹੁੰਦੀ ਹੈ, ਅਤੇ ਉਹ ਕੰਟੀਨਿਊ ਲਾਈਨ ਜਿਹੜੀ ਹੈ ਨਾ, ਕੰਟੀਨਿਊ ਲਾਈਨ ਨਿਖੇੜਦੀ ਹੈ ਕੋਠੀ ਦੀ ਐਮਰਜੈਂਸਾ ਨੂੰ। ਠੀਕ ਹੈ ਜੀ, ਕੋਈ ਮਸਲਾ ਬਣ ਜਾ ਤੁਸੀਂ ਉੱਥੇ ਖਲੋ ਸਕਦੇ ਹੋ। ਹੈਰ ਇਨਫੈਕਟ ਤੁਸੀਂ ਜੇ ਬਹੁਤ ਜ਼ਿਆਦਾ ਪ੍ਰੋਬਲਮ ਬਣ ਜਾਏ, ਤੁਸੀਂ ਕਰਜ਼ਾ 'ਤੇ ਵੀ ਖਲੋ ਸਕਦੇ ਹੋ, ਜਿੱਥੇ ਤੁਹਾਨੂੰ ਖਲੋਣਾ ਬਣ ਗਿਆ ਇੱਕ ਫਰਟ। ਠੀਕ ਹੈ, ਇਨ ਕੇਸ ਕੋਠੀ ਐਮਰਜੈਂਸਾ ਅਵੇਲੇਬਲ ਨਹੀਂ ਹੈ ਤਾਂ, ਕਈ ਜਗ੍ਹਾ ਕੋਠੀ ਐਮਰਜੈਂਸਾ ਨਹੀਂ ਹੁੰਦੀ ਹੈ ਵੀ, ਜੇ ਕੋਠੀ ਐਮਰਜੈਂਸਾ ਹੈ ਵੇ ਉੱਥੇ ਖਲੋ, ਉਹਦੇ ਤੋਂ ਜ਼ਿਆਦਾ ਬਿਹਤਰ ਹੈ ਜੇ ਪੈਦਲ ਸੁਸਤਾ ਹੈ ਤਾਂ ਉੱਥੇ ਖਲੋ, ਇਹਦੀ ਸਰਵਿਸ ਉੱਥੇ ਖਲੋ ਜੇ ਪ੍ਰੋਬਲਮ ਬਣ ਜਾਵੇ। ਜੇ ਮੁਸੀਬਤ ਪੈ ਗਈ ਹੈ ਫਿਰ, ਜੇ ਫਿਰ ਕਿਤੇ ਵੀ ਤੁਹਾਡਾ ਸੁਸਤਾ ਦੀ ਐਮਰਜੈਂਸਾ ਕਿਤੇ ਵੀ ਹੋ ਸਕਦਾ, ਠੀਕ ਹੈ, ਲੇਕਿਨ ਮੈਕਸੀਮਮ 3 ਘੰਟੇ ਦਾ ਹੋਵੇਗਾ। ਜੇ ਤੁਸੀਂ, ਮੈਂ ਗੱਲ ਕਰ ਰਿਹਾ ਸੀ ਪੈਦਲ ਸੁਸਤਾ 'ਤੇ ਜਾਂ ਇਹਦੀ ਸਰਵਿਸ ਜੇ ਤੁਸੀਂ ਸੁਸਤਾ ਲਾਉਂਦੇ ਹੋ ਅਫਸਰਾਂ ਦੇ, ਇਹਨਾਂ ਦਾ ਦੁਰਾਤਾ ਹੁੰਦਾ, ਕਿਉਂਕਿ ਪੈਦਲ ਸੁਸਤਾ ਸੁਸਤਾ ਕਰਨ ਲਈ ਥਾਂ ਬਣੀ ਹੁੰਦੀ ਹੈ, ਇਹਦੇ ਸਰਵਿਸ ਜੋ ਵੀ ਸੁਸਤਾ ਕਰਨ ਲਈ ਥਾਂ ਬਣੀ ਹੁੰਦੀ ਹੈ, ਉੱਥੇ ਮੈਕਸੀਮਮ 24 ਘੰਟੇ ਗੱਡੀ ਸੁਸਤੇ ਰੱਖ ਸਕਦੇ ਹੋ। ਠੀਕ ਹੈ, ਲੇਕਿਨ ਸੁਸਤਾ ਦੀ ਐਮਰਜੈਂਸਾ ਮੈਕਸੀਮਮ 3 ਘੰਟੇ। ਕਹਿੰਦੇ ਲਾ ਸੁਸਤਾ ਹੀ ਐਮਰਜੈਂਸਾ ਜਿਹੜਾ ਹੈ, ਇੰਟਰਸਟਿਓ ਦਾ ਮਾਰਚੀਆ ਦਾ ਕਾਜ਼ੋ ਇਨ ਕੀ ਵਿਕੋਲ ਹੀ ਇਨ ਕੇ, ਜੇ ਗੱਡੀ ਹੈ ਇੱਥੇ, ਇਨ ਉਤਲੀਜ਼ਾ ਬਿਲੇ, ਉਤਲੀਜ਼ਾ ਬਿਲੇ ਉਹਦਾ ਇਸਤੇਮਾਲ ਕਰਨ ਦੇ ਕਾਬਲ, ਇਨ ਉਤਲੀਜ਼ਾ ਬਿਲੇ ਇਸਤੇਮਾਲ ਕਰਨ ਦੇ ਨਾ ਕਾਬਲ ਰਹੀ ਹੈ, ਪਰਵਾਰ ਹੀ ਖਰਾਬ ਹੋਣ ਦੀ ਵਜ੍ਹਾ ਨਾਲ, ਗੱਡੀ ਨਿਕਾਰਾ ਹੋ ਗਈ ਹੈ, ਖਰਾਬ ਹੋਣ ਦੀ ਵਜ੍ਹਾ ਨਾਲ ਇਸਤੇਮਾਲ ਕਰਨ ਦੇ ਕਾਬਲ ਨਹੀਂ ਰਹੀ ਹੈ, ਤੇ ਫਿਰ ਤੁਸੀਂ ਸੁਸਤਾ ਦੀ ਐਮਰਜੈਂਸਾ ਕਰ ਸਕਦੇ ਹੋ। ਦੁਰਸਤ ਕਰਨ ਪੇ ਹੋਇਆ ਸੁਸਤਾ ਦੀ ਐਮਰਜੈਂਸਾ ਇੰਟਰਸਿਓਨੇ ਦਲਾ ਮਾਰਚੀਆ ਨਲਾ ਕਾਜ਼ੋ ਇਨ ਕੀ ਵਿਕੋਲੀ ਦੇਵੇ ਅਰੈਸਟਾਰ ਸੀ, ਨੇ ਗੱਡੀ ਇੱਥੇ ਰੁਕ ਸਕਦੀ ਹੈ, ਪਰ ਮਲਾ ਸੇਰ ਫਿਜ਼ੀਕ ਉਹਦੇ ਲਿਖਣ ਨੂੰ ਚਾਹੁੰਦੇ, ਫਿਜ਼ੀਕਲੀ ਬਿਮਾਰ ਹੋਣਾ ਡਰਾਈਵਰ ਦੇ, ਉਹਦੇ ਪੈਸੰਜਰੀ ਜਾਂ ਫਿਰ ਪੈਸੰਜਰ ਦੇ, ਉੱਥੇ ਅਸੀਂ ਪੜ ਗਏ ਇੱਥੇ ਗੱਡੀ, ਇੱਥੇ ਹੁਣ ਡਰਾਈਵਰ ਜਾਂ ਪੈਸੰਜਰ ਬਿਮਾਰ ਜਾਣ, ਇੱਥੇ ਤੁਸੀਂ ਸੁਸਤਾ ਦੀ ਐਮਰਜੈਂਸਾ ਕਰ ਸਕਦੇ ਹੋ। ਦੁਰਸਤ ਕਹਿੰਦੇ ਬਿਹੇਵੀਅਰ ਹੋਇਆ ਵੀ ਕਿਵੇਂ ਨਕਾਬਲ ਇਸਤੇਮਾਲ ਕਹਿ ਸਕਦੇ ਤੁਸੀਂ, ਨਕਾਰਾ ਹੋ ਜਾਣਾ ਜਿਵੇਂ ਚੀਜ਼ ਇਸਤੇਮਾਲ ਦੇ ਕਾਬਲ ਨਹੀਂ ਰਹੀ, ਨਕਾਬਲ ਇਸਤੇਮਾਲ, ਇਸਤੇਮਾਲ ਦੇ ਕਾਬਲ ਨਹੀਂ ਰਹੀ, ਠੀਕ ਹੈ, ਇੰਟਰਸਟਿਓ ਨੇ ਰੁਕਾਵਟ ਹੋਣਾ ਨਾ ਮਾਰਤੀ ਹੈ ਚੱਲਣ ਦੌਰਾਨ। ਕਹਿੰਦੇ ਸੁਸਤਾ ਦੀ ਐਮਰਜੈਂਸਾ ਜਿਹੜਾ ਹੈ, ਇੰਟਰਸਟਿਓ ਦਾ ਮਾਰਤੀ ਜਿਹੜਾ ਰੁਕਾਵਟ ਹੈ ਗੱਡੀ ਦੀ ਸਰਕੂਲੇਸ਼ਨ ਚੱਲਣ ਵਿੱਚ, ਦਬੂਤਾਰਾ ਸਰਕੂਲੇਸ਼ਨ ਹੈ, ਇਹ ਐਸੀਜੈਂਸ ਸਰਕੂਲੇਸ਼ਨ, ਸਰਕੂਲੇਸ਼ਨ ਦੀ ਲੋੜ ਹੁੰਦੀ ਹੈ, ਇਹ ਸਰਕੂਲੇਸ਼ਨ ਦੀ ਲੋੜ ਹੁੰਦੀ ਹੈ, ਉਹਨੂੰ ਕੀ ਕਰਦੇ ਨੇ ਜਿਹੜਾ ਸਰਕੂਲੇਸ਼ਨ ਦੀ ਲੋੜ ਹੁੰਦੀ ਹੈ, ਅਰੈਸਟ ਹੋ। ਸ਼ਾਬਾਸ਼ ਭਾਬੀ ਜੀ, ਸਿਰਫ ਤੁਹਾਨੂੰ ਸ਼ਾਬਾਸ਼, ਹੋਰ ਕਿਸੇ ਨੂੰ ਨਹੀਂ ਦਿੰਦਾ, ਬਰਾਵਾ। ਅਰੈਸਟ ਹੋ ਜਿਹੜਾ ਹੁੰਦਾ ਐਸੀਜੈਂਸ ਸਰਕੂਲੇਸ਼ਨ ਇਹਦੇ ਹੁੰਦੀ ਹੈ, ਠੀਕ ਹੈ ਜੀ, ਸਰਕੂਲੇਸ਼ਨ ਦੀ, ਜਿਵੇਂ ਤੁਸੀਂ ਰੁਕਦੇ ਹੋ ਨਾ ਟ੍ਰੇਨ, ਆਪਣਾ ਸਾਜਲ ਵੇਲੇ ਟ੍ਰੇਨ ਦਾ ਫਾਟਕ ਬੰਦ ਹੋ ਜਾਂਦਾ ਜਾਂ ਫਿਰ ਰੈੱਡ ਲਾਈਟ ਹੋ ਜਾਂਦੀ ਹੈ, ਸਰਕੂਲੇਸ਼ਨ ਦੀ ਲੋੜ ਹੈ ਨਾ, ਗੱਡੀਆਂ ਰੋਡ ਦੇ ਕਾਨੂੰਨ ਤਹਿਤ ਰੁਕਦੇ ਹੋ ਨਾ, ਉਹਨੂੰ ਕਹਿੰਦੇ ਨੇ ਐਸੀਜੈਂਸ ਦਾ ਸਰਕੂਲੇਸ਼ਨ ਹੈ, ਉਹ ਹੁੰਦਾ ਅਰੈਸਟ ਹੋ। ਸੁਸਤਾ ਦੀ ਐਮਰਜੈਂਸਾ ਐਸੀਜੈਂਸ ਦਾ ਇਹ ਜਿਹੜਾ ਹੁੰਦਾ ਨਾ, ਇਹ ਡਰਾਈਵਰ ਬਿਮਾਰ, ਪੈਸੰਜਰ ਬਿਮਾਰ ਜਾਂ ਗੱਡੀ ਖਰਾਬ ਦੀ ਵਜ੍ਹਾ ਨਾਲ ਆਉਣਾ, ਇਸ ਕਰਕੇ ਫਾਲਸ ਹੋ। ਕਹਿੰਦਾ ਸੁਸਤਾ ਦੀ ਐਮਰਜੈਂਸਾ ਜਿਹੜਾ ਹੈ, ਟੈਂਪਰਰੀ ਸਸਪੈਂਸ਼ਨ ਦਾ ਮਾਰਚ, ਟੈਂਪਰਰੀ ਤੌਰ 'ਤੇ ਸਸਪੈਂਡ ਕਰਨਾ ਗੱਡੀ ਦਾ ਚੱਲਣਾ, ਪਰ ਕੰਸੈਂਟੀਰ ਆਫ ਦਿਸ਼ੇਦਾ ਦੀ ਉਹਨਾਂ ਪਰਸੋਨ ਨੂੰ ਇਨਵਾਜ ਦਿਓ, ਵੀ ਜਿਹੜਾ ਇਜਾਜ਼ਤ ਦਿੰਦਾ ਉਤਾਰਨਾ ਇੱਕ ਪਰਸੋਨ ਨੂੰ ਇਨਵਾਜ ਦਿਓ, ਵੀ ਉਤਾਰਨਾ ਇੱਕ ਪਰਸੋਨ ਨੂੰ ਇਨਵਾਲ ਦਿਓ, ਯਾਨੀ ਕਿ ਅੰਗਹੀਣ ਬਿਮਾਰ ਬੰਦਾ, ਹੈਂਡੀਕੈਪ ਬੰਦਾ ਨੂੰ ਉਤਾਰਨਾ। ਗਲਤ ਕਹਿੰਦੇ ਨੇ ਵੀ ਹੈਂਡੀਕੈਪ ਬੰਦੇ ਨੂੰ ਉਤਾਰਨ ਲਈ ਸਪੈਸ਼ਲ ਪਾਰਕਿੰਗਾਂ ਬਣੀਆਂ ਹੁੰਦੀਆਂ ਨੇ, ਇਸ ਵਾਸਤੇ ਸੁਸਤਾ ਦੀ ਐਮਰਜੈਂਸੀ ਲੋੜ ਨਹੀਂ ਹੈ, ਫਾਲਸੋ। ਸੁਸਤਾ ਦੀ ਐਮਰਜੈਂਸਾ ਦੀ ਉਹਨਾਂ ਟੈਂਪਰੋਰੀ ਸਸਪੈਂਸ਼ਨ ਦਾ ਮਾਰ ਕੇ ਟੈਂਪਰੇਰੀ ਤੋਂ ਸਸਪੈਂਡ ਕਰਨਾ ਗੱਡੀ ਦਾ ਚੱਲਣਾ, ਪਰ ਕੰਸੈਂਟੀਰ ਐਡ ਉਹਨਾਂ ਪਰਸੋਨ ਇਨਵਾਲ ਦਿਓ, ਜਿਹੜਾ ਜਾਜ਼ਨ ਦਾ ਇੱਕ ਪਰਸੋਨ ਇਨਵਾਲ ਦਿਓ ਨੂੰ, ਵੀ ਸਲੀਰੇ ਸੁਲ ਵਿਕੋਲੀ ਜਿਹੜਾ ਕਿ ਚੜ੍ਹ ਸਕਦਾ ਗੱਡੀ ਦੇ ਉੱਤੇ। ਗਲਤ ਕਹਿੰਦੇ ਪਏ ਅੱਗੇ ਵੀ ਅਸੀਂ ਪਰਸੋਨ ਇਨਵਾਲ ਦਿਓ, ਜਾਂ ਦਿਸਾ ਬੀਲੀ ਜਿਹੜਾ ਨਾ ਦਿਵਰਸਾ ਮਿਹਨਤ ਬੀਲੀ, ਇਹ ਅੰਗਹੀਣ ਦੀ ਯਾਨੀ ਕਿ ਹੈਂਡੀਕੈਪ ਦੀ ਗੱਲ ਕਰ ਰਹੇ ਹੁੰਦੇ ਨੇ, ਇਹਨਾਂ ਦੇ ਲਈ ਸੁਸਤਾ ਦੀ ਐਮਰਜੈਂਸਾ ਨਹੀਂ ਹੁੰਦਾ, ਇਹ ਫਾਲਸੋ।
ਕਹਿੰਦੇ ਕੰਦੂਚਿਆਂ ਤੇ ਜਿਹੜਾ ਡਰਾਈਵਰ ਹੈ, ਨੈਕਸਟ ਪੇਜ ਹੈ, ਦੀਵਨਾਥ ਵਿਕੋਲੀ ਗੱਡੀ ਦਾ, ਇਨ ਸੋਸਤਾ ਸੋ ਲਾ ਤੇ ਦੈਸਤਰੋ ਦੀ ਉਹਨਾਂ ਸਤਰਾ ਦੇ ਉਰਬਾਨ ਹੈ, ਜੋ ਸੱਜੀ ਸਾਈਡ ਦਾ ਸੋਸਤੇ ਵਿੱਚ ਇੱਕ ਸ਼ਹਿਰ ਵਾਲੇ ਰੋਡ ਦੇ ਉੱਤੇ, ਪ੍ਰੀਮਾ ਦੀ ਅਪਰੀ ਰਿਪੋਰਟੀਏਰਾ, ਉਹ ਪਹਿਲੇ ਤਾਕੀਆਂ ਦਰਵਾਜ਼ਾ ਖੋਲਣ ਤੋਂ ਦੇਵੇ ਫਾਰੇ ਪਰਟੀਕੁਲਰ ਅਟੈਨਸ਼ਨ, ਜ਼ਿਆਦਾ ਅਟੈਨਸ਼ਨ ਲਵਾਇਆ ਇਹ ਵਿਕੋਲੀ ਕਿ ਸਪੋਰਟਸ ਉੱਪਰ ਜੂਨੀਅਰ ਜਿਹੜੀ ਗੱਡੀਆਂ ਪਿੱਛੇ ਆਉਣਗੀਆਂ ਉਹਨਾਂ ਦੀ ਟੈਨਸ਼ਨ ਲਵੋ। ਜਦ ਤੁਸੀਂ ਗੱਡੀ ਪਾਰਕਿੰਗ ਵਿੱਚ ਲਾਈ ਹੈ ਨਾ, ਤਾਂ ਜਦ ਤੁਸੀਂ ਦਰਵਾਜ਼ਾ ਤਾਕੀ ਖੋਲਣ ਲੱਗੇ ਹੋ, ਤਾਂ ਤੁਸੀਂ ਅਟੈਨਸ਼ਨ ਲਵੋ ਜਿਹੜੀਆਂ ਗੱਡੀਆਂ ਪਿੱਛੇ ਆ ਰਹੀਆਂ ਨੇ, ਦੁਰਸ ਕੈਨ ਬਿਵੇਅਰ ਹੋਇਆ। ਇਹ ਕੰਦੂਚਿਆਂ ਤੇ ਜਿਹੜਾ ਅੱਤ ਵਿਕੋਲ ਜਿਹੜਾ ਡਰਾਈਵਰ ਹੀ ਗੱਡੀ ਦਾ, ਇਨ ਸੋਸਤਾ ਸੋਸਤੇ ਦੇ ਵਿੱਚ ਸੂ ਉਹਨਾਂ ਤਰ੍ਹਾਂ ਦਾ ਸਰੇ ਤਾਂ ਇੱਕ ਭੀੜ ਰੋਡ ਦੇ ਉੱਤੇ। ਪ੍ਰੀਮਾ ਦੀ ਸ਼ੈਂਦਰ ਦੇਵੇ ਨੀਚੇ ਉਤਰਨ ਤੋਂ ਪਹਿਲੇ ਲਾਜ਼ਮੀ ਹੈ ਕੋਲੋ ਕੰਟਰੋਲ ਆ ਰਹੇ ਕਿ ਨੋਨ ਸੋ ਪ੍ਰਜੂਨ ਜਨੋ ਵਿਕੋਲੀ ਕੰਟਰੋਲ ਕਰੇ ਕਿ ਪਿੱਛੇ ਕੋਈ ਗੱਡੀਆਂ ਤਾਂ ਨਹੀਂ ਆ ਰਹੀਆਂ ਵੀ। ਦਰੁਸਤ ਕਹਿੰਦੇ ਇਹ ਵੀ ਫਿਰ ਹੋਇਆ ਉਹਨੂੰ ਕੰਟਰੋਲ ਕਰਨਾ ਚਾਹੀਦਾ ਕਿ ਪਿੱਛੇ ਕੋਈ ਗੱਡੀਆਂ ਤਾਂ ਨਹੀਂ ਆ ਰਹੀਆਂ ਵੀ। ਇਹ ਪਰਤੂਨ ਹੈ ਕਿ ਇਲਕੰਦੂ ਚੈਂਤੇ ਦੀ ਉਹਨਾਂ ਅੱਤ ਵਿਕੋਲ ਮੁਨਾਸਿਬ ਕਿ ਜਿਹੜਾ ਗੱਡੀ ਦਾ ਡਰਾਈਵਰ ਹੈ ਇਨ ਸੋਸਤਾ ਸੁਸਤੇ ਵਿੱਚ ਸੋ ਲਾ ਤੇ ਸਨਿਸਤਰੋ ਇਨ ਉਹਨਾਂ ਤਰ੍ਹਾਂ ਦਾ ਉਰਬਾਨ ਹੈ, ਖੱਬੇ ਵਾਲੀ ਸਾਈਡ ਦਾ ਇੱਕ ਸ਼ਹਿਰ ਵਾਲੇ ਰੋਡ ਤੇ ਸੈਂਸੋਨੀ ਕੋ ਜਿਹੜੀ ਵਨਵੇ ਰੋਡ ਹੈ। ਰਿਕੋਰਡ ਦੀ ਹਾਲ ਪੈਸੇਜੇਰੋ ਦੀ ਪ੍ਰਸਤਾਰੇ ਪਰਟੀਕੁਲਰ ਟੈਂਸ਼ਨ ਨੇ ਯਾਦ ਕਰਾਉਂਦੇ ਨੇ ਕਿ ਜ਼ਿਆਦਾ ਟੈਂਸ਼ਨ ਹੋ ਪੈਸੇਂਜਰਾਂ ਦੀ ਇਹ ਵਿਕੋਲੀ ਗੱਡੀ ਦੀ ਕਿ ਸੁਪਰ ਜੂਨੀਅਰ ਜਿਹੜੇ ਪਿੱਛੇ ਆ ਰਹੇ ਹੁੰਦੇ ਨੇ ਪ੍ਰੀਮਾ ਦੀ ਅਪਰੀ ਰਿਪੋਰਟ ਹੈ, ਯਾਨੀ ਕਿ ਪੈਸੇਂਜਰਾਂ ਨੂੰ ਯਾਦ ਕਰਾਉਂਦੇ ਨੇ ਕਿ ਜਿਹੜੇ ਅਟੈਂਸ਼ਨ ਲਾਉਣ ਪਿੱਛੇ ਆਉਂਦੀ ਗੱਡੀ ਦੇ, ਯਾਨੀ ਕਿ ਪਿੱਛੇ ਕੋਈ ਮੁਮਕਿਨ ਹੈ ਗੱਡੀ ਆਉਂਦੀ ਹੋਵੇ, ਪ੍ਰੀਮਾ ਦੀ ਅਪਰੀ ਰਿਪੋਰਟ ਹੈ ਤਾਂ ਕਿ ਦਰਵਾਜ਼ਾ ਖੋਲ੍ਹਣ ਤੋਂ ਪਹਿਲੇ ਤੁਸੀਂ ਇਸ ਗੱਲ ਦਾ ਧਿਆਨ ਰੱਖੋ। ਦੁਰਸ ਕਹਿੰਦੇ ਬੇਵੀ ਫਿਰ ਹੋਇਆ ਜੇ ਕੋਈ ਪਿੱਛੇ ਆਉਂਦਾ ਹੋਵੇ ਫਿਰ ਤੁਹਾਡੀ ਬਾਰੀ ਵੀ ਨਾਲ ਲੈ ਜਾਏਗਾ ਨਾ, ਮੁਮਕਿਨ ਹੈ ਤੁਹਾਡਾ ਬੈਗ ਸ਼ੈਗ ਵੀ ਨਾਲ ਖਿੱਚ ਕੱਢਣ ਅਤੇ ਕਈ ਵਾਰੀ ਲੱਤ ਬਾਂਹ ਵੀ ਖਿੱਚ ਕਰਦੇ ਜੀ। ਬਿਲਕੁਲ ਬਿਲਕੁਲ, ਜੇ ਥੱਕੇ ਬਗੈਰ ਉਹ ਚੀਜ਼ ਸਮਝਾ ਰਹੇ ਨੇ ਕਿ ਥੱਕੇ ਬਗੈਰ ਦਰਵਾਜ਼ਾ ਨਹੀਂ ਖੋਲ੍ਹਣਾ, ਧਿਆਨ ਕਰਨਾ ਠੀਕ ਹੈ ਜੇ ਤੁਸੀਂ ਦਰਵਾਜ਼ਾ ਖੋਲ੍ਹ ਲਗੇ ਕੋਈ ਨਹੀਂ, ਫਿਰ ਜੇ ਅੰਨੇ ਵਾਹ ਨਾ ਖੋਲ੍ਹਣਗੇ ਤਾਂ ਡੈਂਟਿੰਗ ਪੈਂਟਿੰਗ ਦਾ ਕੰਮ ਕਿੱਥੋਂ ਹੋਵੇਗਾ ਫਿਰ। ਸਾਰੇ ਸਾਰਿਆਂ ਦੀ ਗੱਡੀ ਦੀ ਡੈਂਟਿੰਗ ਪੈਂਟਿੰਗ, ਬੰਦਿਆਂ ਦੀ ਡੈਂਟਿੰਗ ਪੈਂਟਿੰਗ, ਸਾਰੇ ਇਹਨਾਂ ਕੰਮਾਂ ਦੀ ਖੁੱਲਦੇ ਨੇ ਬੇਤਿਆਤੀ ਤੁਸੀਂ, ਅਤੇ ਰੱਬ ਦੀ ਰੱਬ ਜਿਹੜਾ ਉਹ ਰੱਬ ਦੀ ਆਵਾਜ਼ਾਂ ਬਚਾ ਕੇ ਰੱਖੇ ਬੰਦੇ ਨੂੰ ਚੰਗੀ ਗੱਲ ਹੈ, ਹਾਦਸਾ ਤਾਂ ਮੁਸ਼ਕਿਲ ਹੀ ਪੈਦਾ ਕਰਦੇ ਨੇ ਕਹਿੰਦੇ ਨਹੀਂ। ਬਿਲਕੁਲ 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 ਬਿਲਕੁਲ, ਨਹੀਂ ਤਾਂ ਸਾਲ ਫਿਰ ਭੁੱਖੇ ਮਾਰ ਜਾਣੇ ਸੀ। ਕਹਿੰਦੇ ਨੇ ਇਹ ਅਪਰਤੂਨ ਹੈ ਕਿ ਇੱਕ ਦੂਜਿਆਂ ਦੇ ਮੁਨਾਸਿਬ ਜਿਹੜਾ ਡਰਾਈਵਰ ਹੈ ਦੀ ਉਹਨਾਂ ਤੋਂ ਵਿਕੋਲੀ ਗੱਡੀ ਦਾ, ਇਨ ਸੋਸਤਾ ਸੁਲਾ ਤੇ ਦਹਿਸਰ ਦੀ ਉਹਨਾਂ ਤਰ੍ਹਾਂ ਦਾ ਉਰਬਾਨ ਹੈ, ਸੱਜੀ ਵਾਲੀ ਸਾਈਡ ਦਾ ਇੱਕ ਉਰਬਾਨ ਤਰ੍ਹਾਂ ਦੇ ਉਰਬਾਨ ਵਿੱਚ ਸੱਜੀ ਵਾਲੀ ਸਾਈਡ ਤੇ ਵੇ। ਰਿਕੋਰਡ ਦੀ ਅਲ ਪੈਸੰਜਰ ਯਾਦ ਰੱਖੋ ਜਿਹੜੇ ਪੈਸੰਜਰ ਨੇ ਕਿ ਅਪਰੇ ਲਾ ਪੋਰਟੀਏਰਾ ਦੀ ਦਹਿਸਰਾ ਜਿਹੜਾ ਕਿ ਖੋਲ੍ਹ ਦੇਣ ਸੱਜੇ ਵਾਲਾ ਪੋਰਟੀਏਰਾ ਦੀ ਫਾਰੇ ਦਿਫਾਰੇ ਟੈਂਸ਼ਨ ਹੀ ਪੈਦੋਨੀ ਕਿ ਇੰਤਰਾਜੀ ਤੋਂ, ਔਰ ਅਟੈਂਸ਼ਨ ਲਵੋ ਤੁਸੀਂ ਪੈਦੋਨੀ ਦੀ ਵੀ ਟਰਾਂਜ ਲਵੋ, ਅਟੈਂਸ਼ਨ ਲਵੋ ਜਿਹੜੀ ਕਿ ਟਰਾਂਜ ਕਰ ਲੱਗੇ ਨੇ ਠੀਕ ਹੈ। ਇਹ ਨਹੀਂ ਆ ਵੀ ਤੁਸੀਂ ਤਾਕੀ ਖੋਲੋ ਕਿਸੇ ਦੀ ਵੱਖੀ 'ਚ ਕੱਢ ਮਾਰੋ ਹੈ ਨਾ, ਇਸ ਕਰਕੇ ਪੈਦੋਨੀ ਦੀ ਵੀ ਧਿਆਨ ਰੱਖਣਾ। ਪੰਜ ਨੰਬਰ ਕਹਿੰਦੇ ਕੰਦੂ ਚੰਦ ਦੀ ਉਹਨਾਂ ਵਿਕੋਲ ਅੱਤ ਵਿਕੋਲ ਜਿਹੜਾ ਡਰਾਈਵਰ ਇੱਕ ਅੱਤ ਵਿਕੋਲ, ਅੱਤ ਵਿਕੋਲ ਕਿਹੜੀ ਗੱਡੀ ਹੁੰਦੀ ਹੈ, ਹਰ ਰੋ ਗੱਡੀ ਜਿਹਦੇ 'ਚ ਘੱਟੋ ਘੱਟ ਚਾਰ ਜਾਂ ਚਾਰ ਤੋਂ ਵੱਧ ਟਾਇਰ ਨੇ, ਕੁਆਦਰੋਜਿਕਲੀ ਲਜੇਰੀ ਨੋਨ ਲਜੇਰੀ ਨੂੰ ਛੱਡ ਕੇ ਜਿਹਦੇ ਚਾਰ ਜਾਂ ਚਾਰ ਤੋਂ ਘੱਟ ਵੱਧ ਟਾਇਰ ਨੇ, ਉਹ ਸਾਰੀਆਂ ਇਸੇ ਕੈਟੇਗਰੀ 'ਚ ਆਉਂਦੀਆਂ ਨੇ। ਕਹਿੰਦੇ ਪੋ ਲਾਸ਼ਾਰੇ ਮੋਟੋਰ ਹੈ ਚੇਜ਼ੋ, ਕਹਿੰਦੇ ਡਰਾਈਵਰ ਜਾਵੇ ਤਾਂ ਜੇ ਮੋਟਰ ਆਨ ਛੱਡ ਸਕਦਾ ਸੇਲਾ ਸੁਸਤਾ ਹੀ ਪੋਕੋ ਟੈਂਪੋ, ਜੇ ਸੁਸਤਾ ਥੋੜ੍ਹੇ ਟਾਈਮ ਲਈ ਹੋਵੇ, ਅਸੀਂ ਕੱਲ੍ਹ ਹੀ ਗੱਲ ਕਰ ਰਹੇ ਸੀ ਗੱਡੀ ਅਗਲੇ ਚੱਕ ਕੇ ਲੈ ਜਾਂਦੇ ਨੇ, ਜਿਹੜੇ ਮੇਰੇ ਵਰਗੇ ਨਹੀਂ ਹੁੰਦੇ ਉਹ ਗੱਡੀ ਚੱਕ ਕੇ ਲੈ ਜਾਂਦੇ ਨੇ। ਅੱਗੇ ਆ ਜਾਓ ਛੇ ਨੰਬਰ ਜੀ, ਦੋ ਬੰਦੇ ਇਕੱਠੇ ਬੋਲੋਗੇ ਫਿਰ ਥੋੜ੍ਹੀ ਸਮੇਂ ਲੱਗਣੀ ਹੈ। ਮੈਂ ਆਖਿਆ ਵੀ ਤੁਸੀਂ ਕੱਲ੍ਹ ਯਾਦ ਨਾ ਰੱਖਿਆ ਹੋਵੇ ਵੀ ਮੇਰੇ ਵਰਗੇ ਜਿਹੜੇ ਨਹੀਂ ਹੁੰਦੇ ਉਹ ਚੱਕਦੇ ਨੇ ਗੱਡੀ ਠੀਕ ਹੈ। ਕਹਿੰਦੇ ਕੰਦੂ ਚੈਂਤੇ ਦੀ ਉਹਨਾਂ ਕੋਲ ਜਿਹੜਾ ਡਰਾਈਵਰ ਹੈ ਗੱਟ ਕੋਲ ਦਾ, ਇਨ ਸੋਸਤਾ ਸੋਸਤੇ ਦੇ ਵਿੱਚ ਸੂਰਾ ਸਰਾਦਾ ਸਰੇਤਾ ਇੱਕ ਭੀੜੇ ਤੰਗ ਰੋਡ ਦੇ ਉੱਤੇ, ਪ੍ਰੀਮਾ ਦੀ ਸ਼ੈਂਦਰ ਦੇ ਉਤਰਨ ਤੋਂ ਪਹਿਲੇ ਦੇਵੇ ਪ੍ਰੋਕੂਪਾਰ ਸੀ, ਉਹ ਟੈਂਸ਼ਨ ਲਵੇ ਦੀ ਵਿਕੋਲੀ ਗੱਡੀ ਦੀ ਕੇਸ ਉੱਪਰ ਜੂਨੀਅਰ ਜਿਹੜੀ ਤੁਹਾਡੇ ਪਿੱਛੇ ਆ ਰਹੇ ਨੇ ਦਾ ਦੇ ਤੁਰ ਪਿੱਛੇ ਮਨਨ ਕੁਆਲੀ ਦੀ ਫਰੰਟ ਜਿਹੜੀ ਹੈ, ਲੇਕਿਨ ਉਹਨਾਂ ਦੀ ਟੈਂਸ਼ਨ ਨਹੀਂ ਲੈਣੀ ਹੈ ਵੀ ਜਿਹੜੀ ਫਰੰਟ ਤੋਂ ਆ ਰਹੀਆਂ ਨੇ, ਸਿਰਫ ਪਿਛਲੀਆਂ ਗੱਡੀਆਂ ਦੀ ਟੈਂਸ਼ਨ ਲੈਣੀ ਹੈ, ਫਰੰਟ ਤੋਂ ਆਉਂਦੀ ਗੱਡੀ ਦੀ ਟੈਂਸ਼ਨ ਨਹੀਂ ਲੈਣੀ ਹੈ ਵੀ, ਦੋਵਾਂ ਦੀ ਲੈਣੀ ਹੈ, ਦੋਵਾਂ ਪਹਿਲਾਂ ਤੁਸੀਂ ਪਹਿਲ ਦੇਣੀ ਹੈ ਠੀਕ ਹੈ। ਇਸ ਕਰਕੇ ਗਲਤ ਕਰਨੇ ਪਏ ਫਾਲਤ ਹੋਇਆ ਠੀਕ ਹੈ।
ਭਾਬੀ ਜੀ ਮੁਮਕਿਨ ਹੈ ਤੁਸੀਂ ਖੱਬੇ ਪਹਿਲੇ ਪਾਰਕਿੰਗ ਲਾਉਣ ਲੱਗੇ ਹੋਵੋ। ਠੀਕ ਹੈ ਨਹੀਂ ਮਿਲ ਜਾਣਾ ਕੋਈ ਟੈਨਸ਼ਨ ਨਾ ਲਓ। ਕਹਿੰਦੇ ਨੇ quando si aprono le porte di un avicolo, giusto ti colde attacchi a dravase gaddide, bisogna assicurarsi la smisciore volo che qui non costituisca pericolo in tralcio parli altri utenti della strada, che ne essa khatra e ricavate ni banda hai vi duje je road le unali road te je duje bande ne unali khatra ricavate ni banda pe vi. Prima di aprire il sportello, pella colon tu sportello dervada da chi, di una vicoli gaddi di, late rivolto verso il centro. Centro di rivolto in tutti i chiari della strada, bisogna assicurarsi che non sopraggiungano altri vicoli, la smisci ora volevo, che due gaddi non arrivano, vi che? Durus can be video, yeah. Semi galigiti. Di. ਜਿਹੜੀ ਜਿਹੜੀ ਚੈਂਤਰੋ ਦੇ ਅਗੇਂਸਟ ਹੁੰਦੀ ਹੈ, ਚੈਂਤਰੋ ਦੇ ਸਾਹਮਣੇ ਜਾਂ ਚੈਂਤਰੋ ਵਾਲੀ ਸਾਈਡ ਤੇ ਹੁੰਦੀ ਹੈ, ਠੀਕ ਹੈ, ਜਿਹੜੀ ਟਾਕੀਆਂ ਨੇ ਉਹਨਾਂ ਦੀ ਗੱਲ ਕਰ ਰਹੇ ਹਾਂ, ਠੀਕ ਹੈ, ਜਿਹੜਾ ਆਹਮਣ ਸਾਹਮਣੇ ਕਹਿ ਸਕਦੇ ਜਿਵੇਂ ਵੀ ਤੁਸੀਂ ਦਸ ਰਾਹ ਦਾ ਬਿਜੋਨੀ ਅਸਕਿਉਰਾ ਸ਼ੋਰ ਹੋ ਲਵੋ ਕਿ ਦੋ ਸੌ ਉੱਪਰ ਜੂਨੀਅਰ ਅੰਦਰ ਵੀ ਦੂਜੀ ਗੱਡੀਆਂ ਤੇ ਨਹੀਂ ਆ ਰਹੀਆਂ, ਠੀਕ ਹੈ। ਪ੍ਰੀਮਾ ਦੀ ਅਪਰੀ ਲੋ ਸਪਰਤੇ ਲੋ ਪਹਿਲਾਂ ਖੋਲਣ ਤੋਂ ਸਪੋਰਤੇ ਲੋ ਜਿਹਨਾਂ ਤੇ ਵਿਕੋਲੀ ਇੱਕ ਵਿਕੋਲੀ ਗੱਡੀ ਦਾ ਦੇ ਲਾਤੇ ਰਿਵੋਲਟ ਵਰਸੋ ਮਰਚੇ ਪੇਦੀ ਵਾਲੀ ਸਾਈਡ ਤੇ। Bisogna assicurarsi, lasmi assicurare che non sopraggiungano pedoni, vi pedoni che non arrivi. Giusto che è vero, ya, pedoni non arrivi, sì che. A che ne? Quando si scende di un avicolo, di stato tutto il torto del gaddito, bisogna assicurarsi, lasmi assicurare che qui non costituisce pericolo entrato, e se tu si catturare, cavolo, non arrivi. ਪਰਲੀ ਅਲਤਰੀ ਉਤਾਂ ਦਾ ਸਰਾ ਜਿਹੜੇ ਦੂਜੇ ਰੋਡ ਤੇ ਨੇ ਉਹਨਾਂ ਲਈ ਖਤਰਾ ਰਕਾਵਟ ਨਹੀਂ ਬਣਦੇ ਆ ਵੀ ਦਰੁਸ ਕਹਿੰਦੇ ਪਏ ਵੇਰ ਹੋਇਆ ਦੂਜੇ ਲਈ ਖਤਰਾ ਰਕਾਵਟ ਨਹੀਂ ਬਣਦੇ ਪਏ ਵੀ ਤੁਸੀਂ ਇਸ ਚੀਜ਼ ਦਾ ਸ਼ੋਰ ਹੋਣਾ ਚਾਹੀਦਾ ਹੈ ਵੇਰ ਹੋਇਆ ਅਲੂ ਕੇ ਸੀ ਅਚਿੰਗੇ ਆ ਸ਼ੈਂਦਰੇ ਜੇ ਤੁਸੀਂ ਸ਼ੈਂਦਰ ਦਾ ਆਤਮਗੋਲੀ ਜੇ ਤੁਸੀਂ ਆਤਮਗੋਲੀ ਵਿੱਚ ਥੱਲੇ ਉਤਰਨ ਦਾ ਖਿਆਲ ਰੱਖਦੇ ਹੋ ਉਤਰਨਾ ਚਾਹੁੰਦੇ ਹੋ ਕਈ ਵਾਰੀ ਇਹ ਕੰਡੂਸੈਂਟ ਦੇਵੇ ਅਸਕਿਉਰਾ ਸੀ ਡਰਾਈਵਰ ਨੂੰ ਜੇ ਸ਼ੋਰ ਹੋ ਲਵੇ Anche mediante lo specchio retrovisore, picciò vecchio ma ci vive che non sopraggiungono altri vicoli, vedi, due gaddie non arrivano. Drus che non è vero, quando sciorro una città che picciò due gaddie non arrivano, ok? Prima di scendere dal vicolo c'era una questione in sosta, invece, il conducente deve assicurarsi, driver, che sciorro vuole, di avere spento il motore, vi motor band haggie. Drus che non è vero, che motor band haggie, vi ci sono banani. L'apertura di un altro sportello, con il sportello tacchi in una delle vicoli gaddidi, del lato delle marciapiedi verde, comporta l'obbligo di attivare l'indicatore di direzione, l'ASMI Active Goro Indicator Direzionale, dal quale lato serve. Jeder tacchi coni, udar indicator lai dene. Indicator di direzione change karne, corsia change karne nahi hunde ne. Idan de fir indicator de kaam vadh jane ne na, falso hoya, theek hai. Che ne è l'apertura degli sportelli del vicolo, gira colna tutti i sportelli tacchi e gridi del lato rivolto verso il centro della strada vietato. Che ne è il centro della strada tacchi e colna, dervase colna, manai è, nei, manai bilgul ni è, e teatro caro, ci che, isker che falso è. Il centro della strada onda normal driver è, il driver chi crega bejara, tu ci serve tu crega. Che ne conducente può lasciare in sosta, lasciare i vicoli in sosta con motore acceso e fusul galati, fusul ni ogi fusul trino ogi è. Sosta vi gaddi sosta, motore acceso chardin sagde. Per consentire già di lì, il funzione della aria condizionata, quick function care air conditioner di lave, ok? AC function care te. Gold can be falso, AC non li da gutalagni, avi. ਗੱਡੀ ਸੋਚਦੇ ਵੀ ਜੇਸਰ ਛੱਡਦੇ ਹੋ ਕਦੀ ਵੀ ਇਹਨੂੰ ਮੋਟਰ ਨੂੰ ਆਨ ਸ਼ਾਨ ਨਹੀਂ ਛੱਡਣਾ ਹੁੰਦਾ ਹੈ ਵੀ ਠੀਕ ਹੈ ਆ ਜੇ ਜਨਾਬ ਪੇਜ ਨੰਬਰ ਹੈਗਾ 689 ਤੇ ਕੁਐਸਚਨ ਨੰਬਰ ਹੈਗਾ 10
689 ਪੇਜ ਤੇ 689 ਤੇ 10 ਨੰਬਰ ਕੁਐਸਚਨ ਪ੍ਰੀਮਾ ਦਿਸ਼ੇਂਦਰ ਦੇ ਵਿਗੋਲੀ ਪਹਿਲੇ ਉਤਰਨ ਤੋਂ ਗੱਡੀ ਦੇ ਇਨ ਸੋਸਤਾ ਸੁਸਤੇ ਵਿੱਚ ਇਹ ਕੰਦ ਚੰਦ ਦੇ ਵਿਆਹ ਦੇ ਨਾਲ ਫਰੇਨੋ ਆਮਾਨ ਉਹਦੇ ਵਿਗੋਲੋ ਕਹਿੰਦੇ ਡਰਾਈਵਰ ਨੂੰ ਚਾਹੀਦਾ ਔਨ ਕਰੇ ਹੈਂਡ ਬ੍ਰੇਕ ਨੂੰ ਸੋ ਤੂੰ ਤੇ ਲਸਰਾਦਾ ਇਨ ਦਿਸ਼ੇ ਦਾ ਜੇ ਰੋਡ ਚਲਾਉਣ ਦੇ ਵਿੱਚ ਹੋਵੇ ਮਨੋਂ ਕੁਆਲੇ ਇਨ ਸਾਲੀ ਦਾ ਲੇਕਿਨ ਚੜ੍ਹਾਈ ਦੇ ਵਿੱਚ ਨਹੀਂ ਗਲਤ ਕਰਨ ਕੋਈ ਫਾਲਤ ਹੋਇਆ ਜਿਹੜੀ ਫਰੇਨੋ ਆਮਾਨ ਨੂੰ ਜਿਹੜੀ ਹੁੰਦੀ ਹੈ ਗੱਡੀ ਰੋਕਣ ਲਈ ਯੂਜ਼ ਹੀ ਨਹੀਂ ਕਰਨੀ ਹੁੰਦੀ ਹੈ ਵੀ ਠੀਕ ਹੈ ਛੋਟਾ ਗੇਅਰ ਲਗਾਉਣਾ ਹੁੰਦਾ ਹੈ ਔਰ ਜਿਹੜੀ ਹੈਂਡ ਬ੍ਰੇਕ ਹੁੰਦੀ ਹੈ ਨਾ ਉਹ ਗੱਡੀ ਰੋਕਣ ਲਈ ਕਦੀ ਯੂਜ਼ ਨਹੀਂ ਕਰਨੀ ਹੁੰਦੀ ਇਸ ਕਰਕੇ ਫਾਲਸ ਹੋ ਠੀਕ ਹੈ ਕਹਿੰਦੇ ਪ੍ਰੀਮਾ ਦਿਸ਼ੇਂਦਰ ਸੋਚਦਾ ਮੈਂ ਵੀ ਗਲਤ ਪੜ ਗਿਆ ਲੱਗਦਾ ਕਹਿੰਦੇ ਸੋਚਦੇ ਵੀ ਗੱਡੀ ਥੱਲੇ ਉਤਰਨ ਤੋਂ ਪਹਿਲੇ ਇੱਕ ਚੰਦ ਦੇਵੇ ਦਿਨਾਰੇ ਫਰੇਨੋ ਦੀ ਫਰੇਨੋ ਆਮਾਨ ਉਹਦੇ ਗੋਲੀ ਕਹਿੰਦੇ ਔਨ ਕਰੇ ਫਰੇਨੋ ਆਮਾਨ ਹੈਂਡ ਬ੍ਰੇਕ ਨੂੰ ਸੋ ਤੂੰ ਤੇਲੇ ਸਰਾਹ ਦੇ ਦਿਸ਼ੇ ਦਾ ਢਲਾਣ ਵਾਲੇ ਰੋਡ ਦਿੱਤਾ ਮਨ ਉਹਨੂੰ ਕੁਆਲੇ ਇਨ ਸਲੀ ਤਾਂ ਲੇਕਿਨ ਚੜ੍ਹਾਈ ਵਾਲੇ ਰੋਡ ਦੇ ਨਹੀਂ ਕਹਿੰਦੇ ਨੇ ਹੈਂਡ ਬ੍ਰੇਕ ਤੁਸੀਂ ਆਨ ਕਰੋ ਥੱਲੇ ਉਤਰਨ ਤੋਂ ਪਹਿਲੇ ਜਿੱਥੇ ਢਲਾਣ ਹੋਵੇ ਰੋਡ ਦੇ ਉੱਤੇ ਚੜ੍ਹਾਈ ਦੇ ਉੱਤੇ ਨਹੀਂ ਕਰਨੀ ਹੈਂਡ ਬ੍ਰੇਕ ਔਨ ਚੜ੍ਹਾਈ ਦੇ ਉੱਤੇ ਕਿਉਂ ਨਹੀਂ ਅੱਗੇ ਮੈਂ ਵੀ ਗਲਤ ਪੜ ਗਿਆ ਹਾਂ ਠੀਕ ਹੈ ਇਸ ਕਰਕੇ ਫਾਲਤ ਹੋ ਕੋਈ ਗੱਲ ਨਹੀਂ ਮੈਂ ਅੱਗੇ ਸਮਝਾਇਆ ਨਹੀਂ ਸੀ ਨਾ ਸਹੀ ਕਹਿੰਦੇ ਢਲਾਣ ਤੇ ਲਾਣੀ ਹੈ ਚੜ੍ਹਾਈ ਤੇ ਨਹੀਂ ਲਾਣੀ ਬਿਲਕੁਲ ਫਜ਼ੂਲ ਗੱਲ ਕੀਤੀ ਨੇ ਠੀਕ ਹੈ ਨਹੀਂ ਫਜ਼ੂਲ ਹੀ ਨੇ ਕੀਤੀ ਫਜ਼ੂਲ ਤਰੀ ਨਹੀਂ ਕੀਤੀ ਤੁਸੀਂ ਸਿੱਧੀ ਰੋਡ ਤੇ ਲਾਓਗੇ ਨਾ ਗੱਡੀ ਫੇਰ ਵੀ ਹੈਂਡ ਕਲੈਕ ਲਾਣੀ ਹੁੰਦੀ ਹੈ ਠੀਕ ਹੈ ਉਲਟੀਆਂ ਚੱਲ ਤੁਸੀਂ ਦੇਖੋ ਜਦ ਜਿਸ ਦਿਨ ਤੁਹਾਡੇ ਹੱਥ ਫੋਲੀਅਰ ਉਹਦਾ ਆਉਣਾ ਨਾ ਤੁਸੀਂ ਸਭਾਂ ਬਾਕੀ ਨੂੰ ਕਹਿਣਾ ਉਹ ਮੁਸ਼ਕਲ ਹੀ ਨਹੀਂ ਸੀ ਬੜਾ ਸੌਖਾ ਸੀ ਮੈਂ ਪਾਸ ਹੋ ਗਿਆ ਬੜਾ ਸੌਖਾ ਸੀ ਪਰ ਤੁਹਾਡਾ ਨਹੀਂ ਲੱਗਦਾ ਵੀ ਤੁਸੀਂ ਪਾਸ ਹੋ ਜਾਓ ਮੈਂ ਪਾਸ ਹੋ ਗਿਆ ਬੜਾ ਸੌਖਾ ਸੀ ਜਿਹੜਾ ਬੰਦਾ ਪਾਸ ਹੋ ਜਾਂਦਾ ਨਾ ਉਹੀ ਕਹਿੰਦਾ ਸੌਖਾ ਸੀ ਕਹਿੰਦੇ ਨੇ ਹਾਂਜੀ ਹਾਂਜੀ ਉਹਨੂੰ ਕਹਿਣਾ ਸੀ ਯਾਰ ਜਿਹੜੇ ਪਤੰਦੇ ਕਰਦੇ ਉਹ ਵੀ ਬੰਦੇ ਹੀ ਹੁੰਦੇ ਆ ਉਹ ਇੰਨਾ ਵਧੀਆ ਪੜ੍ਹਿਆ ਸੀ ਉਹਨੇ ਇੰਨਾ ਵਧੀਆ ਪੜ੍ਹਿਆ ਸੀ ਉਹਨੇ ਆਏ ਟਾਈਮ ਖਤਮ ਹੋ ਜਾਣਾ ਹਰੀ ਪੇਜ ਪੜ੍ਹਨ ਲਈ ਲੇਡੀ ਦਾ ਥੋੜਾ ਗੁੱਜੇ ਚ ਹੁੰਦਾ ਹੱਥ ਤੱਕ ਲੇਕਿਨ ਗੁੱਜ ਵੀ ਨਹੀਂ ਚਾਹ ਜ਼ਿਆਦਾ ਹੁੰਦਾ ਕੋਈ ਮਸਲਾ ਨਹੀਂ ਕੋਈ ਬਿਲਕੁਲ 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 ਮੈਂ ਭਾਜੀ ਨੇ ਸਲਾਹ ਲਵੋ ਅੱਜ ਪੜ੍ਹੀਏ ਬਸ ਖਤਮ ਹੋ ਗਿਆ ਟਾਈਮ ਫਿਰ 5 ਮਿੰਟ ਰਹਿ ਗਏ ਜੇ 4 ਮਿੰਟ ਰਹਿ ਗਏ ਨੇ ਸਰ ਆਖਰੀ ਵਿੱਚ ਪੜ੍ਹ ਲਵੀ ਫਿਰ ਸਾਨੂੰ ਟਾਈਮ ਨਹੀਂ ਲੱਗਣਾ ਨਾ ਕਿ ਜੇ ਫਿਰ ਦੂਸਰੀ ਕਲਾਸ ਥੋੜ੍ਹਾ ਟਾਈਮ ਲੱਗ ਜਾਂਦਾ ਫਿਰ ਕਹਿੰਦੇ ਸਾਲ ਬਾਅਦ ਰੁਸਤਾ ਸਿਗਨੇਸ਼ਨ ਜੇ ਕੋਈ ਸਪੈਸ਼ਲ ਸਿਗਨਲ ਨਾ ਹੋਵੇ ਪੋਜੀਸ਼ਨ ਦਲ ਵਿਕੋਲੀ ਸੂ ਇਨ ਕਾਜ਼ ਦੀ ਸੋਸਤਾ ਪੋਜੀਸ਼ਨ ਤੁਹਾਡੀ ਗੱਡੀ ਦੀ ਇਨ ਕੇਜ ਸੋਸਤੇ ਵਿੱਚ ਹੋਵੇ ਗੱਡੀ ਠੀਕ ਹੈ ਇੰਪੋਰਟੈਂਟ ਹੈ ਟਾਈਮ ਵੀ ਸਾਡੇ ਕੋਲ ਥੋੜ੍ਹੇ ਕਹਿੰਦਾ ਸਾਲ ਬਾਅਦ ਰੁਸਤਾ ਸਿਗਨੇਸ਼ਨ ਜੇ ਕੋਈ ਸਪੈਸ਼ਲ ਸਿਗਨਲ ਨਾ ਹੋਵੇ ਤੇ ਇਲਕੰਦ ਚੰਦ ਇਨ ਸੋਸਤਾ ਜਿਹੜਾ ਡਰਾਈਵਰ ਸੋਸਤੇ ਵਿੱਚ ਹੈ ਇਨ ਕਾਜ਼ ਦੀ ਸੋਸਤਾ ਨਹੀਂ ਚੰਦਰੀ ਵਿਦਾ ਇਨ ਕੇਜ ਦੀ ਸੋਸਤਾ ਕਹਿੰਦੇ ਸ਼ਹਿਰ ਦੇ ਵਿੱਚ ਦੇਵੇ ਕੋਲੋ ਕਾਰ ਵਿਕੋਲ ਪਿਊ ਵਿਚੀਨੋ ਪੋਸੀਬਲ ਐਲਮਾਰਜੀ ਨੇ ਦਸਤਰਾ ਦਲਕ ਰਜਾਦਾ ਦੇਵੇ ਕੋਲੋ ਕਾਰ ਜਦ ਲਾਜ਼ਮੀ ਗੱਡੀ ਲਗਾਉਣੀ ਹੈ ਇਲ ਪਿਊ ਵਿਚੀਨੋ ਪੋਸੀਬਲ ਹੈ ਜਿੰਨਾ ਨੇੜਾ ਪੋਸੀਬਲ ਹੋਇਆ ਮਰਜ਼ੀ ਨੇ ਦਸਤਰ ਦਲਕ ਰਜਾਦਾ ਕਰਜੇ ਤੇ ਸਜੇ ਕਿਨਾਰੇ ਪਰ ਲੈ ਮਿਹਨਤ ਹੈ ਦੈਸੋ ਉਹਦੇ ਮੁਤਾਬਕ ਜਿੱਧਰ ਤੁਸੀਂ ਨਿਕਲਣਾ ਹੈ ਜਿੱਧਰ ਨਿਕਲਣਾ ਨਾ ਤੁਸੀਂ ਜਿੱਧਰ ਗੱਡੀ ਦਾ ਰੁਖ ਹੈ ਨਿਕਲਣ ਦਾ ਨਿਕਲਣ ਦੀ ਹੈ ਵੇ ਜਿੱਧਰ ਨਿਕਲੀਆਂ ਗੱਡੀਆਂ ਉੱਧਰ ਮੂੰਹ ਕਰਕੇ ਲਗਾਉਣਾ ਠੀਕ ਹੈ ਨੋਨ ਇਨਫਲੋਰੀਆ ਦੂਨਾ ਮੈਥਰੋ 1 ਮੀਟਰ ਤੋਂ ਘੱਟ ਸਪੇਸ ਨਾ ਛੱਡਿਆ ਪਰ ਟ੍ਰਾਂਜ਼ਿਟਾਰੇ ਦੀ ਪਦੋਨੀ ਪਦੋਨੀ ਟ੍ਰਾਂਜ਼ਿਟ ਕਰਨ ਲਈ 1 ਮੀਟਰ ਤੋਂ ਘੱਟ ਸਪੇਸ ਨਾ ਛੱਡਿਆ ਪਦੋਨੀ ਦਰੁਸਤ ਕਹਿੰਦੇ ਪਏ ਵੇਰ ਹੋਇਆ ਵੀ ਫੋਰੀ ਰੀਜਨ ਦੇ ਬਿਦਾ ਸ਼ਹਿਰ ਤੋਂ ਬਾਹਰ ਇੱਕ ਦੂ ਚੰਦ ਦੇਵੇ ਸੋਸਤਾਰੇ ਹਾਂ ਓਬਲੀਗੋ ਦੀ ਕਲੋਕਾਰ ਵੀ ਕੋਲੀ ਓਬਲੀਗੋ ਗੱਡੀ ਲਗਾਏ ਉਹ ਵੀ ਪੋਸੀਬਲ ਹੈ ਫੋਰੀ ਦੇ ਲੱਗ ਜਾਂਦਾ ਜਿੱਥੇ ਪੋਸੀਬਲ ਹੋ ਕਰਜੇ ਤੋਂ ਬਾਹਰ ਦਰੁਸਤ ਕਹਿੰਦੇ ਪਏ ਵੇਰ ਹੋਇਆ ਜਿੱਥੇ ਪੋਸੀਬਲ ਹੋ ਕਰਜੇ ਤੋਂ ਬਾਹਰ ਗੱਡੀ ਲਗਾਉਣੀ ਚਾਹੀਦੀ ਹੈ ਜੇ ਪੋਸੀਬਲ ਹੋਵੇ ਤਾਂ
Fuori dei centri abitati, certo, ma il conducente deve sostare l'obbligo di collocare vicolo, destra sosta, sosta di gaddi l'andio, l'admi, obbligo di gaddi legao. Fuori della carriera di gaddi bar, ma non solo marciapiedi, le marciapiedi utena lao. Carriera di bar la niente, le marciapiedi utena lao, perché ho forse riservo un dia, tige. Druscan è vero, eh? Poi, per il fuori dei centri abitati, certo, bar, il conducente deve collocare il vicolo fuori delle. Fuori della carriata, bravo, c'è la carriata di carriata di bar lagae, ma non solo banchine, le banchine canarie di utena lagae, e vi calcane per falso, ya, carriata di bar lagane, le banchine canarie, e vi durscane per vero, ya, che carriata di bar lagane, le banchine canarie di utena lagane, banchine continue line lagundi, e si che, iscarga, e vi vero, ya. Fuori di gente, avete certo bar, il caso di impossibile collocare i vicoli fuori della carriata, se possibile, na, hove. Impossibile ho gaddi carriata di bar lagani. Il conducente deve sostare, driver non c'è gaddi sosta e legae. Più vicino possibile è, jinnna nera possibile è, al margine destra della carriata. Carriata di jinnna zada possibile è, carriata di sarge canare gaddi legae. Druskan be vero è, jinnna zada possibile è, gaddi carriata di sarge canare lagani. Cioè, je per carriata di bar lagani non possibile è. Che ne caso di sosta, satanam question è, in una centri vedal share di vice. Il conducente deve collocare i vicoli, per le due linee same, ne, poi per le question di tension lani. Collocare i vicoli vicino possibile al margine destra della carriata, jinna possibile a nera carriata di sarge canare, anche dove non esiste marciapiedi rialzato, ma me marciapiedi rialzato nimi è, per vi canne sarge canare lao, sarge canare lao in die? Nei. Rialzato chakmi, uccino di marciapiedi d'origini. Ucci marciapiedi hove na te fer naal jod de marciapiedi de je marciapiedi ucci na hove barabar road de hove te fer 1 meter chadna chahide marciapiedi barabar jehdi hundi hai na oh road de ik sirf land pe hi hundi chitti oh surat vich gaddi 1 meter chhodna dassa hai at number 4 de chandre vidya shehar to bahar. Il conducente in caso di sosta, in cage driver gaddi, driver sosta chadda gaddi, deve collocare i vicoli fuori della carriata di carriata di bagar gaddi lagaye, eventuali anche solo pista ciclabile, fame pista ciclabile bitto lagade. Pista ciclabile utte lagani undi hai? Marche, pista ciclabile riservo undi hai, sacali, iska to khani lasite falso hai, theek hai? Fuori dei centri vedete certo bar in caso di impossibile collocare i vicoli fuori della carriata è impossibile la carriata di bar gaddi lagani il conducente non deve affittuare la sosta driver non chiede sosta carai na e da fidul gallo che canne driver non chiede sosta in carai e vi galcane per falso ya jinna possibile la canare de banchine teni lani pista cicla bile teni gaddi lani avi carriata di bar possibile la lao ni possibile la carriata di bar lagana jinna possibile la sagge pelle thik hai is karke vi falso. Gì? Banchina c'è una canara, una continue line non di, continue line non di, gaddi lagani non di. Thik hai? Pahle dos bar, vasi ramna padhangi on, kala munkana katron on, apon time pura ho gaya, thik hai? Kanve number padhangi kala, thik hai? Pahla question hai, gì? Gì, push leg. Gì, push leg. Taxi delle strisce che non è o giallo non è o da taxi stand lì hanji taxi lì che ho detto mi da paint più oggi gi pella question è che non è be salva del suo ciclo è l'azione però che il conducente già driver in caso di sosta ne chiedere vedere che c'è sosta ખતમ ઓન ધ શેર દે વિચ દેવે કોલોકાર ઇલ વિકોલી પ્યુ વિચિનો પોસિબલ હે જિના નેડા પોસિબલ હે અલ માર્જિન રેસ્ટર દેલા કરજે દે કરજે દે સજ્જે કિનારે દે જિના પોસિબલ હે સજ્જે કરજે સજ્જે કિનારે લગાઓ પર લેલે મેન્ટ હે 100 સેકન્ડ સેન્સ દી માર્ચિયા ઇદે મુતાબક જિદા તુસી ગડ્ડી નીકળને બાદ વિચ સુબહ જે વિદા તુસી ગડ્ડી ને જિદ નીકળને ના યની હે કે જાનવર રોડ હે તુસી પુઠી કરકે ગડ્ડી લા દેવો સમજ આઈ ગલ દી નહીં. Jeder, per esempio, il senso unico road è. Che misal road è?
ਗੱਡੀ ਦਾ ਮੂੰਹ ਹੋਣਾ ਚਾਹੀਦਾ ਹੈ ਹੁਣ ਪਰਬਤ ਨੂੰ, ਕਿਉਂਕਿ ਇੱਧਰ ਸੈਂਸ ਹੋਣੀ ਕੋਈ, ਠੀਕ ਹੈ? ਤੁਸੀਂ ਗੱਡੀ ਦਾ ਮੂੰਹ, ਕਿਉਂਕਿ ਹੋਣਾ ਤਾਂ ਚਾਹੀਦਾ ਨਿਕਲਣਾ, ਤਾਂ ਗੱਡੀ ਚੱਲ, ਗੱਡੀਆਂ ਚੱਲਦੇ ਤੇ ਪਰਬਤ ਮੂੰਹ ਕਰਕੇ, ਤੁਸੀਂ ਦੱਖਣ ਮੂੰਹ ਕਰਕੇ ਗੱਡੀ ਲਗਾ ਦਿਓ ਪਾਰਕਿੰਗ ਵਿੱਚ, ਉਲਟੀ ਹੋ ਜਾਣੀ ਹੈ ਨਾ, ਤੇ ਗੱਡੀ ਨੂੰ ਵੀ ਉਲਟੀ ਹੋ ਜਾਣੀ ਇੱਥੇ ਇੱਦਾਂ ਖਲੋਤੀ ਹੋਈ ਤਾਂ, ਠੀਕ ਹੈ? ਇਸ ਕਰਕੇ ਇੱਦਾਂ ਨਹੀਂ ਲਗਾਉਣੀ. ਕਹਿੰਦੇ ਨੇ ਸੈਕੋਂਡੋ ਪਰਲੇ ਮਿਹਨਤ ਹੈ ਦੈਸੋ ਸੈਕੋਂਡੋ ਸੈਂਸ ਦੀ ਮਾਰਚਾ, ਉਹਦੇ ਮੁਤਾਬਕ ਜਿੱਧਰ ਸੈਂਸ ਦੀ ਮਾਰਚੀ ਹੈ ਉੱਧਰ ਗੱਡੀ ਨੂੰ ਕੱਢਣਾ, ਠੀਕ ਹੈ ਜੀ? ਜਿੱਧਰ ਨੂੰ ਰੋਡ ਜਾ ਰਿਹਾ, ਬਿਲਕੁਲ, ਬਰਾਵੋ, ਸ਼ਾਬਾਸ਼. ਅਗਲਾ ਦੂਸਰਾ ਕੁਐਸਚਨ ਹੈ, ਕਹਿੰਦੇ ਬੇ ਇਨਕਾਜ਼ੋ ਦੀ ਸੋਸਤਾ, ਇਨਕੇ ਜੋ ਸੋਸਤਾ ਹੈ ਉਹ ਵੇ ਨੋਨ ਇਸੀ ਤੇ ਮਰਚ ਪੇ, ਜਿੱਥੇ ਮਰਚ ਪੇ ਦੀ ਰਜ਼ਾ ਤੋਂ ਨਹੀਂ ਹੈ, ਵੀ ਮਰਚ ਪੇ ਦੀ ਚੱਕਵੀ ਨਹੀਂ ਹੈ, ਜਾਨੀ ਕਿ ਬਰਾਬਰ ਹੈ. ਇਹ ਲਿਖੋ ਦੂਜਿਆਂ ਤੇ ਦੇਵੇ ਲਾਸ਼ਾਰੇ ਉਹਨਾਂ ਸਪੇਜੀਓ ਨੋਨ ਇਨਫੀਰੀਓਰੀਓ ਔਰ ਉਹਨਾਂ ਮੈਥਰੋ. ਕਹਿੰਦੇ ਇੱਕ ਡਰਾਈਵਰ ਜਿਹੜੇ 1 ਮੀਟਰ ਤੋਂ ਸਪੇਸ ਘੱਟ ਨਾ ਛੱਡਿਆ ਹੈ, ਵੀ ਪਰ ਟ੍ਰਾਂਸਿਟ ਤੋਂ ਦੀ ਮੈਥ ਪੈਦੋ ਨਹੀਂ ਦੇ ਟ੍ਰਾਂਸਿਟ ਜਾਣ ਲਈ